ਪਹੁੰਚਾ ਓਏ। ਭਾਰੀ ਮੀਂਹ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ ਤੇ ਇੱਕ ਖੌਫਨਾਕ ਮੰਜ਼ਰ ਦੇਖੋ ਜਿੱਥੇ ਮਨੁੱਖਾਂ ਦੇ ਨਾਲ ਨਾਲ ਬੇਜ਼ੁਬਾਨ ਜਾਨਵਰ ਵੀ ਆਪਣੀ ਜਾਨ ਬਚਾਉਣ ਲਈ ਪਾਣੀ ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ। ਤਸਵੀਰਾਂ ਆਸਾਮ ਦੀ ਕਾਜ਼ੀਰੰਗਾ ਨੈਸ਼ਨਲ ਪਾਰਕ ਦੀਆਂ ਨੇ, ਜਿਸ ਨੂੰ ਬਲਵਾਨ ਗੈਂਡਿਆਂ ਦੀ ਪਨਾਹ ਮੰਨਿਆ ਜਾਂਦਾ ਹੈ, ਜਿੱਥੇ ਉਹਨੇ ਸ਼ਕਤੀਸ਼ਾਲੀ ਜਾਨਵਰ ਵੀ ਬੇਬਸ ਨਜ਼ਰ ਆ ਰਹੇ ਨੇ। ਪਾਣੀ ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਇਹ ਜਾਨਵਰ ਵੀ ਰੁੜਦੇ ਜਾ ਰਹੇ ਨੇ। ਇਸ ਪਾਰਕ ਦੇ ਸਾਰੇ ਕੈਂਪ ਪਾਣੀ ਚ ਡੁੱਬ ਚੁੱਕੇ ਨੇ। ਪਾਰਕ ਵੀ ਦਰਿਆ ਬਣ ਗਈ ਹੈ ਤੇ ਜਾਨਵਰਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਨੇ ਕਿ ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਵਿੱਚ ਪਾਣੀ ਭਰਿਆ ਹੋਇਆ ਇੱਕ ਕੈਂਪ ਡੁੱਬ ਚੁੱਕੇ ਨੇ ਤੇ ਜਾਨਵਰ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜ ਰਹੇ ਨੇ। ਹਾਲਾਂਕਿ ਜੇ ਅਸਾਮ ਦੀ ਗੱਲ ਕਰੀਏ ਤਾਂ ਇੱਥੇ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। 8 ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਤੇ ਵਹਿ ਰਹੀਆਂ ਨੇ ਤੇ 19 ਜ਼ਿਲ੍ਹੇ ਪ੍ਰਭਾਵਿਤ ਹੋ ਚੁੱਕੇ ਨੇ, ਜਿਸ ਕਰਕੇ ਇਸ ਸਾਰੇ ਜ਼ਿਲ੍ਹੇ ਪਾਣੀ 'ਚ ਡੁੱਬੇ ਹੋਏ ਨੇ ਤੇ 6 ਲੱਖ ਤੋਂ ਵੀ ਵੱਧ ਲੋਕ ਨੇ ਜੋ ਇਸ ਸਮੇਂ ਪ੍ਰਭਾਵਿਤ ਹੋਏ ਨੇ। ਨਾਲ ਹੀ ਜਾਨਵਰ ਵੀ ਆਪਣੇ ਲਈ ਸੁਰੱਖਿਅਤ ਥਾਂ ਲੱਭ ਰਹੇ ਨੇ। ਰੈਸਕਿਊ ਟੀਮਾਂ ਦੇ ਵੱਲੋਂ ਲੋਕਾਂ ਦੇ ਨਾਲ ਨਾਲ ਬੇਜ਼ੁਬਾਨਾਂ ਦਾ ਬਚਾਅ ਵੀ ਕੀਤਾ ਜਾ ਰਿਹਾ ਹੈ। ਬਚਾਅ ਕਾਰਜਾਂ ਵਿੱਚ ਇਹ ਟੀਮਾਂ ਜੁਟੀਆਂ ਹੋਈਆਂ ਨੇ। ਤਸਵੀਰਾਂ ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਦੀਆਂ ਨੇ, ਜਿੱਥੇ ਜਾਨਵਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਲਵਾਨ ਜਾਨਵਰ ਗੈਂਡਿਆਂ ਦੀ ਇਹ ਪਨਾਹ ਹੈ। ਇੱਥੇ ਬਹੁਤ ਸਾਰੇ ਗੈਂਡੇ ਆਮ ਹੀ ਦੇਖੇ ਜਾਂਦੇ ਨੇ, ਪਰ ਇਸ ਪਾਣੀ ਦੇ ਅੱਗੇ ਉਹਨਾਂ ਦਾ ਵੀ ਵੱਸ ਨਹੀਂ ਚੱਲ ਰਿਹਾ ਹੈ, ਬਲਕਿ ਇਸ ਤੇਜ਼ ਵਹਾਅ ਦੇ ਵਿੱਚ ਉਹ ਵੀ ਰੁੜਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਖਤਰਾ ਵੀ ਹੈ, ਇੱਥੇ ਜੋ ਰੈਸਕਿਊ ਟੀਮਾਂ ਜਾ ਰਹੀਆਂ ਨੇ ਜਾਨਵਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਜਿਸ ਤਰ੍ਹਾਂ ਦੇ ਜਾਨਵਰ ਨੇ, ਖਤਰਾ ਵੀ ਹੈ ਕਿ ਕਿਤੇ ਕੋਈ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ। ਪਰ ਇਹਨਾਂ ਨੂੰ ਬਚਾਉਣਾ ਵੀ ਜ਼ਰੂਰੀ ਹੈ, ਜਿਸ ਲਈ ਪ੍ਰਸ਼ਾਸਨ ਦੇ ਵੱਲੋਂ ਹਰ ਪੱਧਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਬੇਜ਼ੁਬਾਨਾਂ ਨੂੰ ਕਿਸੇ ਸੁਰੱਖਿਅਤ ਥਾਂ ਤੇ ਰੱਖਿਆ ਜਾਏ। ਹਾਲਾਂਕਿ ਅਸਾਮ ਦੇ ਵਿੱਚ ਤਕਰੀਬਨ 19 ਜ਼ਿਲ੍ਹੇ ਨੇ ਜੋ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ, 6 ਲੱਖ ਤੋਂ ਵੱਧ ਲੋਕ ਨੇ ਜੋ ਪ੍ਰਭਾਵਿਤ ਹੋ ਚੁੱਕੇ ਨੇ, ਨਦੀਆਂ ਖਤਰੇ ਦੇ ਨਿਸ਼ਾਨ ਤੋਂ ਪਾਰ ਵਹਿ ਰਹੀਆਂ ਨੇ, ਪਰ ਫਿਰ ਵੀ ਇੱਥੇ ਰੈਸਕਿਊ ਟੀਮਾਂ ਲੱਗੀਆਂ ਹੋਈਆਂ ਨੇ। ਲੋਕਾਂ ਨੂੰ ਬਚਾਉਣ ਦੇ ਵਿੱਚ ਬਚਾਅ ਕਾਰਜ ਲਗਾਤਾਰ ਕੀਤੇ ਜਾ ਰਹੇ ਨੇ ਤੇ ਇਹਨਾਂ ਬੇਜ਼ੁਬਾਨਾਂ ਨੂੰ ਵੀ ਪਾਣੀ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਊਗਾ ਓਏ।